ਪਹਿਲਾਂ ਤਾਂ ਨਹੀਂ ਸੀਗਾ ਵੀ ਹੁਣ ਆ ਰਿਹਾ, ਸਾਨੂੰ ਐਂ ਲੱਗਿਆ ਵੀ ਅਸਲ ਵਿੱਚ ਸਾਡੇ ਨਾਲ ਬਲੱਫ ਕਰ ਰਹੇ ਨੇ, ਕੋਈ ਪ੍ਰਧਾਨ ਮੰਤਰੀ ਨੇ ਨਹੀਂ ਆਉਣਾ, ਪ੍ਰਧਾਨ ਮੰਤਰੀ ਆਪਦਾ ਬਾਈ ਏਅਰ ਆਊਗਾ, ਹੈਲੀਪੈਡ ਬਣਿਆ ਹੋਇਆ। ਇਹ ਅਸਲ ਵਿੱਚ ਸਾਥੋਂ ਸੜਕ ਖਾਲੀ ਕਰਵਾ ਕੇ ਉਹ ਬੀਜੇਪੀ ਵਾਲੀਆਂ ਬੱਸਾਂ ਲੰਘਾਉਣ ਦੀ ਉਹਨਾਂ ਦੀ ਚਾਲ ਹੈ, ਅਸੀਂ ਆਹੀ ਸਮਝੇ ਸਾਡੇ ਬੰਦੇ ਨੂੰ। ਸਾਨੂੰ ਨੀ ਸੱਚ ਕੋਈ ਨੀ, ਸਾਨੂੰ ਪਤਾ ਸੀ ਵੀ ਆਪਣਾ ਪ੍ਰਧਾਨ ਮੰਤਰੀ ਆ ਰਿਹਾ। ਕਿਹੜਾ ਪੁਲਿਸ ਅਫਸਰ ਸੀ ਜਿਹਨੇ ਤੁਹਾਨੂੰ ਦੱਸਿਆ ਕੋਈ ਹੈ? SSP ਫਿਰੋਜ਼ਪੁਰ ਸੀਗੇ, ਉਹਨਾਂ ਨੇ ਕਿਹਾ, ਉਹਨਾਂ ਨੇ ਕਿਹਾ ਵੀ ਪ੍ਰਧਾਨ ਮੰਤਰੀ ਆ ਰਹੇ। ਅਸੀਂ ਆਖਿਆ ਆਪਣਾ SSP ਸਾਹਿਬ ਤੁਹਾਡੀ ਵੀ ਇੰਨੀ ਸਰਵਿਸ ਹੋਊਗੀ, ਜਦੋਂ ਤੁਸੀਂ ਇੱਥੇ ਪ੍ਰਧਾਨ ਮੰਤਰੀ ਨੇ ਆਉਣਾ ਹੋਵੇ ਤਾਂ ਵੀ ਉਹਦਾ ਇੱਕ ਘੰਟਾ ਪਹਿਲਾਂ ਪਤਾ ਲੱਗੂਗਾ ਵੀ ਹੁਣ ਪ੍ਰਧਾਨ ਮੰਤਰੀ ਆ ਰਿਹਾ, ਇਹ ਸੰਭਵ ਹੀ ਨਹੀਂ। ਦੂਜੀ ਗੱਲ, ਜਿੰਨੀ ਇੱਥੇ ਟ੍ਰੈਫਿਕ ਹੈਗੀ ਹੈ ਇਸ ਰੋਡ ਤੇ, ਇੰਨੀ ਸੰਘਣੀ ਟ੍ਰੈਫਿਕ ਤੇ ਤਾਂ ਉਹ ਟ੍ਰੈਫਿਕ ਅਜੇ ਵੀ ਚੱਲੀ ਜਾ ਰਹੀ ਹੈ, ਜਾਂ ਫਿਰ ਤਾਂ ਦੋਨੇ ਸੜਕਾਂ ਬੰਦ ਹੋ ਜਾਣ, ਬੱਸਾਂ ਤੇ ਇਹਨਾਂ ਦੀਆਂ ਆ ਰਹੀਆਂ ਨੇ ਸਾਰੀਆਂ, ਵੀ ਤੁਸੀਂ ਸਾਡੇ ਨਾਲ ਬਲੱਫ ਕਰ ਰਹੇ ਹੋ, ਸਾਡੇ ਨਾਲ ਚਾਲ ਖੇਡ ਰਹੇ ਹੋ, ਸਾਨੂੰ ਨਹੀਂ ਯਕੀਨ, ਅਸੀਂ ਨਹੀਂ ਉੱਠਦੇ ਇੱਥੇ, ਤੁਸੀਂ ਝੂਠ ਮਾਰ ਰਹੇ ਹੋ ਪ੍ਰਧਾਨ ਮੰਤਰੀ ਵਾਲੀ ਗੱਲ ਦਾ ਮਤਲਬ, ਅਸੀਂ ਇਸ ਗੱਲ ਤੇ ਅੜੇ ਰਹੇ।